ਪੰਜਾਬੀ ਦੀਆਂ ਕੁਝ ਪ੍ਰਸਿੱਧ ਪੁਸਤਕਾਵਾਂ ਤੇ MCQ ਕੁਐਸਚਨ ਜਨਰਲੀ ਆਉਂਦੇ ਐਂਟਰੈਂਸ ਟੈਸਟ ਵਿੱਚ ਵੀ ਆਉਂਦੇ ਨੇ ਹੋਰ ਕੰਪੀਟੀਟਿਵ ਐਗਜ਼ਾਮ ਵਿੱਚ ਵੀ ਆਉਂਦੇ ਨੇ ਫਸਟ ਕੁਐਸਚਨ ਹੈ ਪੰਜਾਬੀ ਪੁਸਤਕ ਸੁੰਦਰੀ ਦਾ ਲੇਖਕ ਕੌਣ ਹੈ ਇਹ ਸੁੰਦਰੀ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਕਿਹੜੀ ਕਿਹੜਾ ਸਾਹਿਤ ਰੂਪ ਹੈ ਹਨਾ ਸੋ ਨਾਵਲ ਪੰਜਾਬੀ ਦਾ ਪਹਿਲਾ ਨਾਵਲ ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਪਹਿਲਾ ਨਾਵਲ ਕਦੋਂ ਲਿਖਿਆ ਗਿਆ ਵੈਸੇ ਇਹ ਨਹੀਂ ਪੁੱਛਿਆ ਜਾ ਸਕਦਾ ਮੇਰੇ ਖਿਆਲ ਨਾਲ 1897 ਵਿੱਚ ਕਿਸ ਨੇ ਲਿਖਿਆ ਇੱਥੇ ਕੁਐਸਚਨ ਹੈ ਸੋ ਇਹ ਜਿਹੜੀ ਇਨਫੋਰਮੇਸ਼ਨ ਨਾਲ ਮੈਂ ਸ਼ੇਅਰ ਕਰ ਰਿਹਾ ਹਾਂ ਇਸ ਨਾਲ ਬਾਕੀ ਦੇ ਕੁਐਸਚਨ ਆ ਸਕਦੇ ਨੇ ਕਿਉਂਕਿ ਇਹ ਪੰਜਾਬੀ ਦਾ ਪਹਿਲਾ ਮਾਡਰਨ ਨਾਵਲ ਹੈ ਇਸ ਦੇ ਕੁਐਸਚਨ ਆਮ ਕਰਕੇ ਪੁੱਛਿਆ ਜਾਂਦਾ ਹੈ ਰਾਈਟ ਆਨਸਰ ਕਨਫਿਊਜ਼ ਕਰ ਸਕਦਾ ਹੈ ਤੁਹਾਨੂੰ ਵੈਸੇ ਤਾਂ ਨਾਵਲ ਲਿਖੇ ਨੇ ਨਾਨਕ ਸਿੰਘ ਨੇ ਵੀ ਲਿਖੇ ਨੇ ਰਾਈਟ ਆਨਸਰ ਭਾਈ ਵੀਰ ਸਿੰਘ ਹੈ ਕਿਉਂਕਿ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਕਿਹਾ ਜਾਂਦਾ ਹੈ ਉਹਨਾਂ ਨੇ ਕੋਸ਼ਿਸ਼ ਇਹ ਕੀਤੀ ਕਿ ਪੰਜਾਬੀ ਸਾਹਿਤ ਦੀ ਹਰ ਵਿਧਾ ਸ਼ੁਰੂ ਕੀਤੀ ਜਾਵੇ ਉਹ ਸ਼ੁਰੂ ਕਰਨ ਲਈ ਇਹ ਨਾਵਲ ਲਿਖਿਆ ਗਿਆ ਸੀ ਲੇਕਿਨ ਜਿਹੜੇ ਸਟੈਂਡਰਡ ਅੱਛੇ ਮਿਆਰੀ ਨਾਵਲ ਨੇ ਉਹ ਨਾਨਕ ਸਿੰਘ ਦੁਆਰਾ ਲਿਖਣੇ ਸ਼ੁਰੂ ਹੋਏ ਸਨ ਸੋ ਇੱਥੇ ਤੱਕ ਇੰਨਾ ਹੀ ਡਿਸਕਸ ਕਰਦੇ ਹਾਂ ਅੱਗੇ ਚੱਲਦੇ ਹਾਂ ਦੂਜਾ ਕੁਐਸਚਨ ਹੈ ਸਾਡੇ ਕੋਲ ਅੰਨੇ ਘੋੜੇ ਦਾ ਦਾਨ ਇੱਕ ਪ੍ਰਸਿੱਧ ਪੰਜਾਬੀ ਨਾਵਲ ਹੈ ਕਿਸ ਦੁਆਰਾ ਲਿਖਿਆ ਗਿਆ ਹੈ ਹੁਣ ਇੱਥੇ ਇਸ ਨੂੰ ਥੋੜ੍ਹਾ ਜਿਹਾ ਉੱਚਾ ਕਰ ਲੈਂਦੇ ਹਾਂ ਇਸ ਨੂੰ ਇੱਧਰ ਕਰ ਲੈਂਦੇ ਹਾਂ ਹਾਂ ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਅੰਨੇ ਘੋੜੇ ਦਾ ਦਾਨ ਕਿਹੜਾ ਸਾਹਿਤ ਰੂਪ ਹੈ ਜੇ ਪੁੱਛਿਆ ਜਾਵੇ ਤਾਂ ਨਾਵਲ ਇਹ ਉੱਤਰ ਬਣ ਸਕਦਾ ਹੈ ਵਿੱਚ ਹੀ ਇਹਦੇ ਪਿਆ ਹੈ ਅੱਛਾ ਹੁਣ ਕੀ ਪਹਿਲਾ ਆਪਸ਼ਨ ਹੈ ਸ਼ਿਵ ਕੁਮਾਰ ਬਟਾਲਵੀ ਅਸੀਂ ਉਸਦੇ ਉਹਨਾਂ ਦੇ ਗੀਤ ਸੁਣਦੇ ਹਾਂ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਓਂ ਵਿਛੜਿਆ ਨੀਰਾਂ ਦਾ ਸੋ ਉਹਨਾਂ ਦਾ ਇੱਕ ਮਹਾਂਕਾਵ ਲੂਣਾ ਜੋ ਕਿ ਅਵਾਰਡ ਉਹਨਾਂ ਨੂੰ ਮਿਲਿਆ ਸੀ ਪਿਛਲੀ ਵਾਰ ਇਹ ਕੁਐਸਚਨ ਵਿੱਚ ਸੋਰੀ BEd ਐਂਟਰੈਂਸ ਟੈਸਟ ਵਿੱਚ ਇਹ ਕੁਐਸਚਨ ਵੀ ਪੁੱਛਿਆ ਗਿਆ ਕਿ ਲੂਣਾ ਕਿਸ ਦੀ ਰਚਨਾ ਹੈ ਮਹਾਂਕਾਵ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਸਾਹਿਤ ਅਕਾਦਮੀ ਅਵਾਰਡ ਵੀ ਮਿਲਿਆ ਸੀ ਔਰ ਇਸ ਵਿੱਚ ਉਹਨਾਂ ਨੇ ਔਰਤ ਨੂੰ ਸਹੀ ਜਸਟੀਫਾਈ ਕੀਤਾ ਅਤੇ ਸਮਾਜ ਦੀ ਨੈਰੋ ਸੋਚ ਨੂੰ ਗਲਤ ਠਹਿਰਾਇਆ ਸੀ ਨਵੀਂ ਸੋਚ ਕਰਕੇ ਲਿਟਰੇਚਰ ਦਾ ਕੰਮ ਹੀ ਇਹ ਹੁੰਦਾ ਹੈ ਕਿ ਸੋਚ ਨੂੰ ਪਹਿਲਾਂ ਬਦਲਣਾ ਹੈ ਵਿਵਹਾਰ ਨੂੰ ਬਦਲਣਾ ਹੈ ਸੋ ਸ਼ਿਵ ਕੁਮਾਰ ਬਟਾਲਵੀ ਇੱਥੇ ਅਸੀਂ ਗਲਤ ਆਨਸਰ ਲਿਖ ਦਿੱਤਾ ਹੈ ਜਸਵੰਤ ਸਿੰਘ ਕਵਲ ਗਲਤ ਹੈ ਗੁਰਦਿਆਲ ਸਿੰਘ ਅੰਨੇ ਘੋੜੇ ਦਾ ਦਾਨ ਹੀ ਸੀ ਨਾ ਸੋ ਜੇ ਯਾਦ ਕਰਨਾ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਤੁਸੀਂ ਐਸੋਸੀਏਟ ਜਾਂ ਕਲਪਨਾ ਵਿੱਚ ਜਾ ਕੇ ਉਸਨੂੰ ਯਾਦ ਕਰ ਸਕਦੇ ਹੋ ਗੁਰਦਿਆਲ ਸਿੰਘ ਨਾਲ ਅੰਨੇ ਘੋੜੇ ਦਾ ਦਾਨ ਜੋੜਨਾ ਹੈ ਤਾਂ ਤੁਸੀਂ ਇਸ ਤਰ੍ਹਾਂ ਜੋੜ ਸਕਦੇ ਹੋ ਕਿ ਗੁਰਦਿਆਲ ਸਿੰਘ ਜੀ ਘੋੜੇ 'ਤੇ ਬੈਠੇ ਹੋਏ ਹਨ ਗੁਰਦਿਆਲ ਸਿੰਘ ਜੀ ਘੋੜੇ ਦਾ ਦਾਨ ਕਰ ਰਹੇ ਹਨ ਇਸ ਤਰ੍ਹਾਂ ਕੋਈ ਐਸੋਸੀਏਸ਼ਨ ਬਣਾ ਸਕਦੇ ਹੋ ਤਾਂ ਜੋ ਜੇ ਪਹਿਲਾਂ ਇਹ ਤੁਸੀਂ ਵਿਧਾ ਜਾਂ ਪੁਸਤਕ ਨਹੀਂ ਸੁਣੀ ਪ੍ਰਸਿੱਧ ਪੰਜਾਬੀ ਪੁਸਤਕ ਪਿੰਜਰ ਦਾ ਲੇਖਕ ਕੌਣ ਹੈ ਮੇਰੇ ਖਿਆਲ 'ਚ ਇਹ ਆਸਾਨ ਉੱਤਰ ਹੋਏਗਾ ਕਿਉਂਕਿ ਇਸ 'ਤੇ ਫਿਲਮ ਬਣ ਚੁੱਕੀ ਹੈ ਅੰਮ੍ਰਿਤਾ ਪ੍ਰੀਤਮ ਜੀ ਦੁਆਰਾ ਹੈ ਨਾ ਪਾਕਿਸਤਾਨ 'ਤੇ ਜੋ ਹਾਲਾਤ ਸਨ ਔਰਤ ਦੀ ਇਸ ਤਰ੍ਹਾਂ ਦੀ ਦਸ਼ਾ ਨੂੰ ਐਕਸਪਲੇਨ ਕੀਤਾ ਗਿਆ ਹੈ ਕਿ ਹਰ ਪੱਧਰ 'ਤੇ ਉਸਨੂੰ ਆਪਣੇ ਪਰਿਵਾਰ ਵੱਲੋਂ ਵੀ ਕੁਰਬਾਨੀ ਹੀ ਦੇਣੀ ਪੈਂਦੀ ਹੈ ਉਸੇ ਪਰਿਵਾਰ ਵੱਲੋਂ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਜਾਂਦਾ ਇੱਥੇ ਗੱਲ ਨਹੀਂ ਕਰਾਂਗੇ ਰਾਈਟ ਆਨਸਰ ਇਹ ਹੈ ਨੈਕਸਟ ਚੱਲਦੇ ਹਾਂ ਜਿਸ ਨੂੰ ਅਵਾਰਡ ਮਿਲਿਆ ਹੁੰਦਾ ਹੈ ਪੁਸਤਕ ਨੂੰ ਉਹ ਫਿਲਮ ਜ਼ਰੂਰ ਦੇਖ ਲੈਣੀ ਚਾਹੀਦੀ ਹੈ ਭਾਈ ਵੀਰ ਸਿੰਘ ਨੇ ਕਿਹੜੀ ਪੰਜਾਬੀ ਪੁਸਤਕ ਲਿਖੀ ਸੀ ਜੰਗਲ ਦੇ ਸਿਪਾਹੀ ਕੋਠੇ ਖੜਕੇ ਸਿੱਖਾਂ ਦੀ ਭਗਤਮਾਲਾ ਦੁਆਬੇ ਦੀ ਦਾ ਹਸਪਤਾਲ ਹੁਣ ਜ਼ਿਆਦਾਤਰ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਜਿਹੜੀਆਂ ਸਨ ਉਹਨਾਂ ਨੂੰ ਉਹਨਾਂ ਨੇ ਗੁਰਬਾਣੀ ਦੀ ਇੰਟਰਪ੍ਰਟੇਸ਼ਨ ਰੀਇੰਟਰਪ੍ਰਟੇਸ਼ਨ ਮਾਡਰਨ ਇੰਟਰਪ੍ਰਟੇਸ਼ਨ ਕੀਤੀ ਹੈ ਸੋ ਤਾਂ ਜੋ ਪਾਠਕ ਨੇ ਉਹ ਸਿੱਖਿਜ਼ਮ ਨੂੰ ਜ਼ਿਆਦਾ ਸਮਝ ਸਕਣ ਸੋ ਇਸ ਨੂੰ ਹਿੰਟ ਰੱਖਦੇ ਹੋਏ ਤੁਸੀਂ ਸਿੱਖਾਂ ਦੀ ਭਗਤਮਾਲਾ ਨੂੰ ਰਾਈਟ ਆਨਸਰ ਲਗਾ ਸਕਦੇ ਹੋ ਨੈਕਸਟ ਆਨਸਰ ਹੈ ਕੁਐਸਚਨ ਹੈ ਪੰਜਵਾਂ ਕੁਐਸਚਨ ਸਰਬਲੋ ਗ੍ਰੰਥ ਕਿਸ ਸਿੱਖ ਗੁਰੂ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਪੰਜਾਬੀ ਧਾਰਮਿਕ ਗ੍ਰੰਥ ਹੈ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਹਰ ਰਾਏ ਜੀ ਰਾਈਟ ਆਨਸਰ ਹੈ ਗੁਰੂ ਗੋਬਿੰਦ ਸਿੰਘ ਜੀ ਓਕੇ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 6 ਗੁਰਦਿਆਲ ਸਿੰਘ ਨੇ ਕਿਹੜੀ ਪੰਜਾਬੀ ਪੁਸਤਕ ਲਿਖੀ ਹੈ ਮੜੀ ਦਾ ਦੀਵਾ ਮਹੀਪ ਸਿੰਘ ਦੀ ਡਾਇਰੀ ਧਿਆਨ ਦੀ ਲੋੜੀ ਲੰਬੀ ਉਡਾਰੀ ਮੇਰੇ ਖਿਆਲ 'ਚ ਮੜੀ ਦਾ ਦੀਵਾ 'ਤੇ ਵੀ ਫਿਲਮ ਬਣੀ ਹੈ ਬਹੁਤ ਪੁਰਾਣੀ ਫਿਲਮ ਹੈ
अजकल तो पसंद भी नहीं करते हो गए, जिदे विच उसने गुरबत ते काम दी पेन नू एक्सप्लेन किया है और मड़ी तक पहुँच जाते हैं लेकिन उन्हां दी बेसिक नीड पूरियां नहीं होंदिया। पंजाबी पुस्तक चिट्टा लहू आएगा इत्थे दा लेखक कौन है, बलवंत गार्गी उत्तां नाटक लिखते सन है ना, सो नहीं होएगा। जसवंत सिंह कंवल इत्थे नहीं है, वरियाम सिंह संधू नहीं है, नानक सिंह है ना दूसरे जिहड़े पहले म्यारी नावल पंजाबी विच लिखे गए वह नानक सिंह द्वारा लिखे गए। सो राइट आंसर इत्थे है। रसीदी टिकट एक प्रसिद्ध पंजाबी पुस्तक है, किस द्वारा लिखी गई है, करतार सिंह दुग्गल द्वारा, शिवकरण बटालवी, जसवंत सिंह कमल जा अमृता प्रीतम। रसीदी टिकट थोड़ा जहाँ इन जोड़िया जा सकता है कि रसीदी टिकट भी नारी लगती है, फीमेल लगती है, स्त्री लिंग लगता है। सो इत्थे सारे पुलिंग हैं, मैं उस नाल जोड़ दिता कि यह अमृता प्रीतम जी की रचना है। राइट आंसर डी अमृता प्रीतम। आधुनिक पंजाबी कवितावां दा संग्रह नंगे पैरां दा सफर। नैक्सट क्वेश्चन है, नंगे पैरां दा सफर किसकी रचना है, किसकी पुस्तक है। जसवंत सिंह राही दी नहीं, अमरजीत चंदन दी नहीं, दलीप कौर टिवाणा। नंगे पैरां दा सफर लग रहा है ना कोई पेनफुल है, ऑटोबायोग्राफी है उन्हां दी। राइट आंसर है दलीप कौर टिवाणा। लास्ट क्वेश्चन है साडे कोल इस सीरीज का, किताब लफजां दी दरगाह विच किन्हां दीआं पंजाबी कवितावां हन, मतलब लफजां दी दरगाह पुस्तक किस द्वारा लिखी गई है, यह भी पूछा जा सकता है। बाबा फरीद जी नहीं, शिव कुमार बटालवी नहीं, अमृता प्रीतम नहीं, सुरजीत पात्र। राइट आंसर है सुरजीत पात्र। सो हल्की फुल्की इस तरह की वीडियो देख के तुसी अपने एंट्रेंस टेस्ट या होर रिलेटेड कॉम्पीटेटिव एग्जाम की तैयारी कर सकते हैं। इस वीडियो रिगार्डिंग जां तुहाड़ा कोई एरिया तुसी सुजेस्ट करना होवे उसते वीडियो निरंतर आते रहेंगे, ये वीडियो भी निरंतर आते रहेंगे। थैंक यू डॉक्टर तीरथ सिंह, लर्न टू एक्चुलाइज।